ਅੰਮ੍ਰਿਤਸਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਉਹਨਾਂ ਨੇ 2 ਮਹੀਨੇ ਪਹਿਲਾਂ ਪੁਲਿਸ ਲਾਈਨ ਵਿੱਚੋਂ ਗੱਡੀ ਖੋਹਣ ਵਾਲੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਦੋਸ਼ੀਆਂ ਨੂੰ CCTV ਫੁਟੇਜ ਦੀ ਮਦਦ ਨਾਲ ਫੜਿਆ ਗਿਆ ਅਤੇ ਇਹਨਾਂ ਦੋਸ਼ੀਆਂ ਕੋਲੋਂ 2 ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ। ਉਹਨਾਂ ਨੇ ਕਿਹਾ ਕਿ ਇਹਨਾਂ ਦੋਸ਼ੀਆਂ ਦੇ ਪਹਿਲਾਂ ਕਿੰਨੇ ਮਾਮਲੇ ਦਰਜ ਹਨ, ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਸ ਦਾ ਖੁਲਾਸਾ ਕੀਤਾ ਜਾਵੇਗਾ। ਬੇਸਿਕਲੀ ਤੁਹਾਨੂੰ ਸਾਰਿਆਂ ਨੂੰ ਇਸ ਲਈ ਬੁਲਾਇਆ ਗਿਆ ਹੈਗਾ ਕਿ ਇੱਕ ਕੇਸ ਤੁਹਾਡੇ ਧਿਆਨ 'ਚ ਹੋਣਾ, ਤਕਰੀਬਨ 2 ਮਹੀਨਿਆਂ ਪਹਿਲਾਂ 27 ਮਈ ਨੂੰ ਇੱਕ ਗੱਡੀ ਦੀ ਰੋਬਰੀ ਹੋਈ ਸੀ, ਕਾਰ ਜੈਕਿੰਗ ਹੋਈ ਸੀਗੀ ਇਸੇ ਏਰੀਆ 'ਚ ਜਿਹੜਾ ਪੁਲਿਸ ਲਾਈਨਸ ਦੇ ਕੋਲ ਦਾ ਏਰੀਆ ਹੈਗਾ। ਐਂਡ ਉਹਦੇ 'ਚ ਸਾਨੂੰ ਕੁਝ ਕਲੂਜ਼ ਮਿਲ ਗਏ ਸੀਗੇ, CCTV ਫੁਟੇਜ ਵਗੈਰਾ ਵੀ ਸੀਗੀ। ਅਤੇ ਉਸ ਕੇਸ ਦੇ ਵਿੱਚ ਇੱਕ ਮੇਜਰ ਬ੍ਰੇਕ ਥਰੂ ਸਾਰਾ ਆਇਆ ਹੈਗਾ ਕਿ ਅਸੀਂ ਇਹਨੂੰ ਕੇਸ ਨੂੰ ਫੋਲੋ ਕਰ ਰਹੇ ਸੀ, ਬਿਕੋਜ਼ ਦਿਸ ਵਾਜ਼ ਅ ਇੰਪੋਰਟੈਂਟ ਕੇਸ ਐਂਡ ਅ ਵੈਰੀ ਚੈਲੇਂਜਿੰਗ ਕੇਸ, ਕਿਉਂਕਿ ਇਹਦੇ 'ਚ ਇੱਕ ਯੰਗ ਜੇ ਲੜਕੇ ਨਜ਼ਰ ਆ ਰਹੇ ਸੀ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਕੀਤਾ ਸੀਗਾ। ਐਂਡ ਇਹ ਸਾਨੂੰ ਇਹਦੇ 'ਚ ਮੇਜਰ ਸਕਸੈਸ ਉਦੋਂ ਮਿਲੀ ਜਦੋਂ ਇਹ ਇੱਕ ਐਕਿਊਜ਼ ਇਹਦੇ 'ਚ ਮੇਨ ਜਿਹੜਾ ਆਕਾਸ਼ਦੀਪ ਕਰਕੇ ਹੈਗਾ, ਇਹ ਲੜਕਾ ਸਾਨੂੰ ਇਨਫੋਰਮੇਸ਼ਨ ਮਿਲੀ ਮਹਾਰਾਸ਼ਟਰਾ ਦੇ ਵਿੱਚ ਕਿ ਉੱਥੇ ਦੇਖਿਆ ਗਿਆ ਹੈਗਾ। ਇਹ ਸਕਸੈਸ ਦੇ ਪਿੱਛੇ ਮੀਡੀਆ ਦਾ ਵੀ ਪੋਜ਼ਿਟਿਵ ਕੰਟਰੀਬਿਊਸ਼ਨ ਹੈ, ਸਾਡੇ ਵੱਲੋਂ ਜਿਹੜੇ ਇਨਪੁੱਟਸ ਜਾਂ ਜਿਹੜੇ ਸ਼ੇਅਰ ਕੀਤੇ ਗਏ ਸੀਗੇ ਐਂਡ ਮੋਬਾਈਲ ਨੰਬਰਸ ਦਿੱਤੇ ਹੋਏ ਸੀ ਵੀ ਜੇ ਕੋਈ ਕਿਤੇ ਇਹੋ ਜਿਹੇ ਸ਼ੱਕੀ ਬੰਦੇ ਨਜ਼ਰ ਆਉਂਦੇ ਤਾਂ ਸਾਡੇ ਨਾਲ ਸ਼ੇਅਰ ਕਰਨ, ਅਤੇ ਉਸ ਤਰ੍ਹਾਂ ਦੀ ਇੱਕ ਇਨਫੋਰਮੇਸ਼ਨ ਕਿਤੋਂ ਕਲੂ ਮਿਲਿਆ, ਡਿਵਲਪ ਹੋਈ ਐਂਡ ਡਿਵਲਪ ਕਰਕੇ ਇਸ ਨੂੰ ਅਸੀਂ ਸਾਡੀ ਪਹਿਲਾਂ ਵੀ ਐਫਰਟਸ ਹੋਈਆਂ ਸੀ। ਸਾਨੂੰ ਪਹਿਲਾਂ ਨਾਂਦੇੜ ਦੀ ਇਨਫੋਰਮੇਸ਼ਨ ਆਈ ਸੀ, ਉਸ ਏਰੀਆ 'ਚ ਵੀ ਅਸੀਂ ਫੋਲੋਅਪ ਕਰਦੇ ਰਹੇ ਸੀ। ਤਾਂ ਆਲਮੋਸਟ 2 ਮਹੀਨੇ ਦੀ ਕਾਫੀ ਮਿਹਨਤ ਤੋਂ ਬਾਅਦ ਆਕਾਸ਼ਦੀਪ ਨੂੰ ਰਾਊਂਡ ਅਪ ਕਰ ਲਿਆ ਸੀ, ਅਤੇ ਉਸ ਤੋਂ ਬਾਅਦ 3 ਹੋਰ ਜਿਹੜੇ ਇਹਦੇ ਨਾਲ ਦੇ ਹੈਗੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਹੈ। ਇਹਨਾਂ ਨੇ 2 ਗੱਡੀਆਂ ਦੀ ਵਾਰਦਾਤ ਹੁਣ ਤੱਕ ਮੰਨੀ ਹੈ, ਉਹ ਰਿਕਵਰੀਜ਼ ਵੀ ਹੋ ਗਈ ਹੈ ਅਤੇ ਫੋਲੋਅਪ ਸਾਡਾ ਇਹਦਾ ਚੱਲ ਰਿਹਾ ਹੈਗਾ। ਆਈ ਮਸਟ ਕੰਪਲੀਮੈਂਟ ਐਂਡ ਕੋਂਗਰੈਚੁਲੇਟ ਦੀ ਟੀਮ ਆਫ ADCP City 2, SHO ਸਿਵਲ ਲਾਈਨ ਐਂਡ CIA ਜਿਨ੍ਹਾਂ ਨੇ ਮਿਲ ਕੇ ਸਾਰੀ ਚੀਜ਼ ਨੂੰ ਕੀਤਾ। 15 ਅਗਸਤ ਦੇ ਸੰਬੰਧ ਦੇ ਵਿੱਚ ਸਾਡੀ ਪ੍ਰੈਪਰੇਸ਼ਨ ਹੁਣ ਤੋਂ ਸ਼ੁਰੂ ਹੋ ਗਈਆਂ ਹੈਗੀਆਂ। ਐਜ਼ ਯੂ ਆਰ ਅਵੇਅਰ ਕਿ ਇਟਸ ਜਸਟ ਅਬਾਊਟ 10 ਡੇਜ਼ ਅਵੇ, ਉਹਦੇ ਲਈ ਪ੍ਰੀ ਈਵੈਂਟ ਜੋ ਵੀ ਸਿਕਿਉਰਿਟੀ ਅਰੇਂਜਮੈਂਟਸ ਹੁੰਦੇ ਹੈਗੇ ਆ, ਜਿਹਦੇ ਸਪੈਸ਼ਲ ਚੈਕਿੰਗਸ ਹੈਗੀਆਂ, ਨਾਕਾਜ਼ ਹੈਗੇ ਹੈ, ਵਲਨਰੇਬਲ ਪੁਆਇੰਟਸ ਦੀ ਚੈਕਿੰਗ ਹੈਗੀ ਹੈ, ਗੈਸਟ ਹਾਊਸਿਸ, ਹੋਟਲਸ, ਉਹ ਸਾਰੇ ਚੈਕਿੰਗ ਦਾ ਇੱਕ ਡਿਟੇਲਡ ਸ਼ੈਡਿਊਲ ਬਣਾ ਕੇ ਚੈਕਿੰਗ ਸ਼ੁਰੂ ਹੋ ਚੁੱਕੀਆਂ ਨੇ। ਐਕਸਟਰਾ ਨਾਕਾਬੰਦੀ ਚੱਲ ਰਹੀ ਹੈਗੀ ਹੈ। ਵੀ ਹੈਵ ਆਲਸੋ ਆਸ ਫਾਰ ਸਮ ਐਕਸਟਰਾ ਫੋਰਸ। ਸਾਨੂੰ ਉਮੀਦ ਹੈਗੀ ਹੈ ਕਿ 15 ਅਗਸਤ ਦੇ ਨਜ਼ਦੀਕ ਜਾ ਕੇ ਸਾਨੂੰ ਐਡੀਸ਼ਨਲ ਫੋਰਸ ਵੀ ਮਿਲ ਜਾਏਗੀ। ਤੁਸੀਂ ਦੇਖਿਆ ਹੋਣਾ ਜਿਹੜੀ ਅਵੇਲੇਬਲ ਪੈਰਾਮਿਲਟਰੀ ਹੈਗੀ ਹੈ, ਉਹਦੇ ਨਾਲ ਅਸੀਂ ਕੁਛ ਵਲਨਰੇਬਲ ਏਰੀਆਜ਼ ਨੂੰ ਆਲਰੇਡੀ ਸਟਰੈਂਥਨ ਕੀਤਾ ਹੋਇਆ ਹੈ, ਜਿਵੇਂ ਦੁਰਗਿਆਣਾ ਮੰਦਿਰ ਹੈ, ਹੋਰ ਏਰੀਆਜ਼ ਹੈਗੇ। ਸਾਡੀ ਆਪਣੀ ਸਵੈਟ ਟੀਮਸ ਹੈਗੀਆਂ ਜੋ ਉਹ ਐਕਟੀਵੇਟਡ ਹੈਗੀਆਂ, ਡਿਫਰੈਂਟ ਏਜੰਸੀਜ਼ ਦੇ ਨਾਲ ਅਸੀਂ ਜਿਵੇਂ ਏਅਰਪੋਰਟ ਸਿਕਿਉਰਿਟੀ ਹੈਗੀ ਹੈ, ਹੋਰ ਏਰੀਆਜ਼ ਹੈ, ਵੀ ਆਰ ਟੇਕਿੰਗ ਕੇਅਰ ਆਫ ਆਲ ਦੀਜ਼ ਮੈਜਰਸ ਐਂਡ ਵੀ ਆਰ ਸ਼ੋਰ ਕਿ ਥਿੰਗਸ ਵਿਲ ਰਿਮੇਨ।